ਇਹਨਾਂ ਦਾ ਕੰਬੀਨੇਸ਼ਨ ਕੀ ਬੰਦਾ ਹੈ ਹਿਸਟਰੀ ਕੰਪਿਊਟਰ ਤੇ ਫੰਕਸ਼ਨਲ ਪੰਜਾਬੀ ਹਿਸਟਰੀ ਕੰਪਿਊਟਰ ਤੇ ਫੰਕਸ਼ਨਲ ਪੰਜਾਬੀ ਗ੍ਰੈਜੂਏਸ਼ਨ ਵਿੱਚ ਫੰਕਸ਼ਨਲ ਦੇਖੋ ਤੁਹਾਡੇ ਲਈ ਸਭ ਤੋਂ ਜ਼ਰੂਰੀ ਹੈ ਕਿ ਇਹ ਜਾਣੋ ਕਿ ਤੁਹਾਡੇ ਨੌਲੇਜ ਇੰਟਰਸਟ ਗ੍ਰੈਜੂਏਸ਼ਨ 'ਚ ਮਾਰਕਸ ਕਿਹਦੇ ਆ ਜ਼ਿਆਦਾ ਔਰ ਤੁਸੀਂ ਅੱਗੇ ਐਮਏ ਕੌਣ ਕਿਹੜੀ ਕਰਨਾ ਚਾਹੁੰਦੇ ਹੋ ਪੋਸਟ ਗ੍ਰੈਜੂਏਸ਼ਨ ਕਿਹੜੀ ਕਰਨਾ ਚਾਹੁੰਦੇ ਹੋ ਫੋਰ ਐਗਜ਼ਾਮਪਲ ਤੁਸੀਂ ਐਮਏ ਹਿਸਟਰੀ ਕਰਨਾ ਚਾਹੁੰਦੇ ਹੋ ਹੈ ਨਾ ਐਮਏ ਪੰਜਾਬੀ ਕਰਨਾ ਚਾਹੁੰਦੇ ਹੋ ਜਾਂ ਐਮਸੀਏ ਕਰਨਾ ਚਾਹੁੰਦੇ ਹੋ ਇਹ ਉੱਤੇ ਡਿਪੈਂਡ ਕਰੇਗਾ ਤੁਸੀਂ ਕਿਹੜਾ ਕੰਬੀਨੇਸ਼ਨ ਲੈਣਾ ਹੈ ਕਿਉਂਕਿ ਜਿਹੜੀ ਐਮਏ ਤੁਸੀਂ ਕਰੋਗੇ ਉਹਦੇ ਲਈ ਡਾਇਰੈਕਟ ਫਿਰ ਪੀਜੀਟੀ ਲਈ ਤੁਸੀਂ ਐਲੀਜੀਬਲ ਬਣ ਜਾਓਗੇ ਪਰ ਮੇਰੇ ਖਿਆਲ 'ਚ ਤੁਹਾਨੂੰ ਟੀਜੀਟੀ ਲਈ ਪਹਿਲਾਂ ਐਲੀਜੀਬਲ ਬਣਨਾ ਚਾਹੀਦਾ ਹੈ ਉਹ ਤੁਹਾਡਾ ਕੋਈ ਵੀ ਕੰਬੀਨੇਸ਼ਨ ਨਹੀਂ ਬਣ ਰਿਹਾ ਸਿਰਫ ਇੱਕ ਮੇਜਰ ਜਿਹੜਾ ਵਧੀਆ ਬਣ ਰਿਹਾ ਹੈ ਉਹ ਪੰਜਾਬੀ ਦਾ ਬਣ ਰਿਹਾ ਹੈ ਪੰਜਾਬੀ ਲਈ ਤੁਸੀਂ ਪੀਜੀਟੀ ਲਈ ਡਾਇਰੈਕਟ ਗਵਰਨਮੈਂਟ ਜੋਬ ਲਈ ਐਲੀਜੀਬਲ ਬਣ ਰਹੇ ਹਾਂ 3 ਸਾਲ ਜੇ ਪੜ੍ਹੀ ਹੈ ਹੈ ਨਾ ਇਲੈਕਟਿਵ ਹੈ ਅਤੇ ਫੰਕਸ਼ਨਲ ਹੈ ਤੁਸੀਂ ਉਹ ਕੋਈ ਸਮੱਸਿਆ ਨਹੀਂ ਹੈ ਪਰ ਫਿਰ ਵੀ ਇੱਕ ਵਾਰੀ ਫੰਕਸ਼ਨਲ ਦੇ ਰੂਲ ਮੈਂ ਚੈੱਕ ਕਰ ਲਵਾਂਗਾ ਸੋ ਇਹ ਤੁਹਾਨੂੰ ਕੰਬੀਨੇਸ਼ਨ ਨਹੀਂ ਛੱਡਣਾ ਚਾਹੀਦਾ ਹੁਣ ਡਿਪੈਂਡ ਕਰਦਾ ਹੈ ਕਿ ਤੁਸੀਂ ਕੰਪਿਊਟਰ ਸਾਇੰਸ ਵੱਲ ਜਾਂਦੇ ਹੋ ਜਾਂ ਇੱਧਰ ਜਾਂਦੇ ਹੋ ਕੰਪਿਊਟਰ ਦੀਆਂ ਪੋਸਟ ਸਿੱਧੀਆਂ ਡਾਇਰੈਕਟ ਗਵਰਨਮੈਂਟ ਜੋਬ ਨਹੀਂ ਨਿਕਲ ਰਹੀਆਂ ਬੀਐਡ ਹਾਂ ਹੁਣ ਕਰਨੀ ਜ਼ਰੂਰੀ ਹੋ ਰਹੀ ਹੈ ਹੁਣ ਤੁਹਾਨੂੰ ਇੰਟਰਸਟ ਦੇਖਣਾ ਪਏਗਾ ਐਮਸੀਏ ਕਰਨੀ ਹੈ ਤਾਂ ਕੰਪਿਊਟਰ ਸਾਇੰਸ ਪੰਜਾਬੀ ਲਓ ਜੇ ਹਿਸਟਰੀ ਕਰਨੀ ਹੈ ਤਾਂ ਹਿਸਟਰੀ ਅਤੇ ਪੰਜਾਬੀ ਲਓ ਹੁਣ ਅੱਗੇ ਤੁਹਾਡੇ ਲਈ 2 ਗਾਈਡੈਂਸ ਹੈ ਜੇ ਹਿਸਟਰੀ ਅਤੇ ਪੰਜਾਬੀ ਲੈ ਲੈਂਦੇ ਹੋ ਅਤੇ ਬੀਐਡ ਕਰਦੇ ਸਮੇਂ ਐਡੀਸ਼ਨਲ ਪੇਪਰ ਗ੍ਰੈਜੂਏਸ਼ਨ ਦਾ ਇੱਕ ਦਿਓ ਇਹ ਉਹ ਕਿਹੜਾ ਪੇਪਰ ਤੁਸੀਂ ਦੇਣਾ ਹੈ ਉਹ ਨੋਰਮਲੀ ਪੋਲ ਸਾਇੰਸ ਹੀ ਹੋਵੇ ਸਕੂਲ ਸਬਜੈਕਟ ਹੀ ਹੋਵੇ ਜੋਗ੍ਰਾਫੀ ਇਕਨੋਮਿਕਸ ਪੋਲ ਸਾਇੰਸ ਸੌਖੀ ਲਿਖਦੀ ਹੈ ਜੇ ਇਕਨੋਮਿਕਸ ਦੇ ਸਕਦੇ ਹੋ ਉਹ ਦੇ ਲਓ ਜੋਗ੍ਰਾਫੀ ਦੇ ਸਕਦੇ ਹੋ ਉਹ ਦੇ ਲਓ ਇਹਨਾਂ 4ਾਂ 'ਚੋਂ ਹੀ ਪ੍ਰੋਬੇਬਿਲਿਟੀ ਸਿਲੈਕਟ ਕਰੋ ਇਹ ਪੜ੍ਹ ਕੇ ਤੁਸੀਂ ਐਮ ਏ ਹਿਸਟਰੀ ਜਾਂ ਹਿਸਟਰੀ ਜਿਹੜੀ ਗ੍ਰੈਜੂਏਸ਼ਨ 'ਚ ਪੜ੍ਹੀ ਹੈ ਇਹਨਾਂ ਦੋਨਾਂ ਦੇ ਕੰਬੀਨੇਸ਼ਨ ਨਾਲ ਫਿਰ ਐਸ ਐਸ ਟੀ ਦਾ ਐਡੀਸ਼ਨਲ ਬੀ ਐਡ ਦਿਓ ਤੁਸੀਂ ਐਸ ਐਸ ਟੀ ਦਾ ਓਕੇ ਇੱਕ ਤੁਹਾਡੇ ਲਈ ਇਹ ਹੋ ਗਿਆ ਜੇ ਇੱਦਾਂ ਨਹੀਂ ਕਰਨਾ ਤੁਸੀਂ ਪਹਿਲਾਂ ਐਸ ਐਸ ਟੀ ਲਈ ਐਲੀਜੀਬਲ ਹੋਣਾ ਚਾਹੁੰਦੇ ਹੋ ਫਿਰ ਤੁਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੀ ਯੂ ਪੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਇਹਨਾਂ ਦੋਨਾਂ ਵਿੱਚ ਹਿਸਟਰੀ ਦੇ ਆਧਾਰ 'ਤੇ ਤੁਸੀਂ ਐਸ ਐਸ ਟੀ ਲੈ ਸਕਦੇ ਹੋ ਪਰ ਤੁਸੀਂ ਬੀ ਐਡ ਕਰ ਜਾਓਗੇ ਉਸ ਤੋਂ ਬਾਅਦ ਤੁਸੀਂ ਗੌਰਮੈਂਟ ਜੋਬ ਲਈ ਐਲੀਜੀਬਲ ਨਹੀਂ ਆ ਤੁਹਾਨੂੰ ਫਿਰ ਇਹ ਐਡੀਸ਼ਨਲ ਪੇਪਰ ਨਾਲ ਨਾਲ ਬੀ ਐਡ ਦੇ ਸਕਦੇ ਹੋ ਦੇ ਕੇ ਨਾਲ ਪੈਡਾਗੋਜੀ ਆਫ ਸੋਰੀ ਐਡੀਸ਼ਨਲ ਪੇਪਰ ਦਿੰਦੇ ਹੋ ਨਾਲ ਹੀ ਤੁਹਾਡਾ ਇਹ ਐਸ ਐਸ ਟੀ ਕਲੀਅਰ ਹੋ ਜਾਏਗਾ ਹਾਂ ਫਿਰ ਤੁਹਾਡਾ ਹਿਸਟਰੀ ਬਚ ਜਾਏਗਾ ਫਿਰ ਤੁਸੀਂ ਪੈਡਾਗੋਜੀ ਆਫ ਹਿਸਟਰੀ ਆਸਾਨੀ ਨਾਲ ਦੇ ਸਕਦੇ ਹੋ ਫਿਰ ਦੋਨਾਂ ਲਈ ਹੈ ਇਹ ਹੁਣ ਡਿਪੈਂਡ ਕਰਦਾ ਹੈ ਕਿ ਪਹਿਲਾਂ ਤੁਸੀਂ ਕੀ ਚੂਜ਼ ਕਰਦੇ ਹੋ ਸੋ ਤੁਹਾਡੇ ਬੈਸਟ ਕੰਬੀਨੇਸ਼ਨ ਬਣਦੇ ਹੈ ਜਿਨ੍ਹਾਂ ਲਈ ਤੁਸੀਂ ਡਾਇਰੈਕਟ ਐਲੀਜੀਬਲ ਹੋ ਹਿਸਟਰੀ ਪੰਜਾਬੀ ਓਕੇ ਦੂਸਰਾ ਕੰਪਿਊਟਰ ਸਾਇੰਸ ਪੰਜਾਬੀ ਤੀਸਰਾ ਬੰਦਾ ਹੈ ਐਸ ਐਸ ਟੀ ਪਰ ਉਹਦੇ ਲਈ ਯੂਨੀਵਰਸਿਟੀ ਇਹ ਹੋਵੇ ਅਤੇ ਉਹਦੇ ਬਾਅਦ ਤੁਹਾਨੂੰ 2 ਐਡੀਸ਼ਨਲ ਦੇਣੇ ਹੀ ਪੈਣੇ ਹੈ ਇੱਕ ਗ੍ਰੈਜੂਏਸ਼ਨ ਦਾ ਉਸ ਤੋਂ ਬਾਅਦ ਬੀ ਐਡ ਦਾ ਥੈਂਕ ਯੂ ਡਾਕਟਰ ਤੀਰਥ ਸਿੰਘ ਲਰਨ ਟੂ ਐਕਸਲੈਂਸ